महिला सवारी दी मुफ्त टिकट नू लैके झगड़ा। रूपनगर विखे सवारी दे परिवार मैंबर पहुंच गए। बस ड्राइवर वालों सड़क विच कार बस लगा के सड़क कीती जाम। लड़की दे पिता दी बस मुलाजमा कीती कुटमार। कंडक्टर ने रखिया अपना पक्ष। कैप्टन सरकार वालों महिलावां लई सरकारी बसां विच मुफ्त सवारी कर दित्ती गई है। इस मुफ्त टिकट नू लैके रूपनगर विखे एक सवारी दी टिकट कट्टन तों बाद नौबत झगड़े तक पहुँच गई है। मुलाजमान ने लड़की के पिता को सड़क के विचकार कुटिया, सड़क के जाम लगा दिता गया। जतिंद्रपाल सिंह की खास रिपोर्ट, तुसी देख रहे हो इंडिया क्राइम न्यूज 24। ਟਿਕਟ ਕੱਟਣਾ ਬਣਦਾ ਨਹੀਂ ਤਾਂ ਉਹ ਤੋਂ ਬਾਅਦ ਇਹਨਾਂ ਨੇ ਬੱਚੀ ਨੂੰ ਬੱਸ ਡਿਲੀਟ ਕਰਿਆ। ਆ ਸਿਰੇ ਦੇ ਬੱਸੇ ਕੰਡਕਟਰ ਡਰਾਈਵਰ ਦੋਨੋਂ ਬੋਲਦੇ ਆਏ ਆ। ਉਹ ਬੱਚੀ ਨੇ ਵਾਰ ਵਾਰ ਰੋ ਰੋ ਕੇ ਫੋਨ 'ਤੇ ਦੱਸਿਆ ਮੈਨੂੰ ਵੀ ਅੰਕਲ ਹਟਦੇ ਨਹੀਂ ਹੈਗੇ ਦੋਨੇ ਜਣੇ। ਕੀ ਨਾਮ ਹੈ ਜੀ ਤੁਹਾਡਾ? ਮੇਰਾ ਜਸਵਿੰਦਰ ਸਿੰਘ ਹੈ। ਇੱਕ ਮਿੰਟ ਭਾਜੀ, ਹੋਰੋਂ ਤੇਰਾ ਕੋਈ ਡਰ ਪੜ ਨਹੀਂ? ਇਹ ਲੜਾਈ ਕਿਉਂ ਹੋਈ ਹੈ? ਰਾਜੀਨਾਮਾ ਕੀ ਹੋਇਆ? ਰਾਜੀਨਾਮਾ ਹੋ ਗਿਆ, ਕੋਈ ਗੱਲ ਨਹੀਂ ਹੈ ਵੀ ਛੋਟੇ ਹੋਏ ਬੰਦੇ ਨੇ ਫੜਾ ਦਿੱਤਾ ਪਹਿਲਾਂ। ਨਹੀਂ ਟਿਕਟ ਕੱਟਤੀ ਸੀ ਉਹਨਾਂ ਨੇ? ਹਾਂ ਟਿਕਟ ਕੱਟਤੀ ਸੀ। ਨਹੀਂ ਫਿਰ ਉਹ ਲੜਾਈ ਤਾਂ ਹੋਈ ਹੈ ਕਿ ਕੋਈ ਆਪਣੀ ਜਿਹੜੀ ਫਰੀ ਬੱਸ ਸਰਵਿਸ ਸ਼ੁਰੂ ਹੋਈ ਹੈ ਉਹਦੇ ਕਰਕੇ? ਨਹੀਂ ਕਿਉਂ ਹੋਈ, ਕਿਸ ਤਰ੍ਹਾਂ ਹੋਈ? ਉਹਨਾਂ ਨੇ ਟਿਕਟ ਕੱਟਤੀ। ਅੱਛਾ, ਬੇਟੀ ਦੇ ਇਹਨਾਂ ਨੇ ਆਧਾਰ ਕਾਰਡ ਮੰਗਿਆ ਸੀ, ਉਹ ਬੇਟੀ ਕਹਿੰਦੀ ਦੰਦੀਆਂ ਜਾਂ ਉਹਨਾਂ ਨੇ ਟਿਕਟ ਕੱਟ ਕੇ ਫੜਾ ਦਿੱਤੀ। ਤਾਂ ਹੁਣ ਉਹਨਾਂ ਨੇ ਕਿਹਾ ਵੀ ਕਿਰਾਇਆ ਵਾਪਸ ਕਰਤਾ? ਕਿਰਾਇਆ ਵਾਪਸ ਕਰਤਾ। ਕਿੰਨਾ ਸੀ ਕਿਰਾਇਆ? 110। ਕਿੱਥੋਂ ਕਿੱਥੇ ਤੱਕ ਦਾ? ਪਟਿਆਲੇ ਤੋਂ ਉੱਪਰ ਤੱਕ ਕਿਰਾਇਆ ਵਾਪਸ ਕਰ। ਹਾਂਜੀ। ਤਾਂ ਬਾਕੀ ਜਿਹੜੀ ਹੱਥੋਂ ਪਾਈ ਹੋਈ ਸੀ ਕਿਸੇ ਦੀ ਪੱਗ ਉਤਾਰੀ ਹੋਰ ਹੋਇਆ, ਉਹਦਾ ਕਿਆ ਹੋਇਆ ਫਿਰ? ਮੇਰੀ ਪੱਗ ਉਤਾਰੀ ਹੈ ਜੀ, ਕੋਈ ਗੱਲ ਨਹੀਂ ਜੀ, ਇਹਨਾਂ ਨੇ ਕਰਿਆ ਅਸੀਂ ਚਾਹੁੰਦੇ ਹਾਂ ਜੀ, ਇਹੀ ਹੋ ਸਕਦਾ ਜੀ। ਮੇਰਾ ਬੱਚਾ ਹੈ ਜੀ, ਮੈਂ ਉਹਦਾ ਭਵਿੱਖ ਨਹੀਂ ਖਰਾਬ ਕਰਨਾ ਚਾਹੁੰਦਾ, ਮੇਨ ਕਰਦਾ ਹੈ। ਆਧਾਰ ਕਾਰਡ ਉਹ ਟਿਕਟ ਬਾਅਦ 'ਚ ਲਿਓ, ਪਹਿਲਾਂ ਜਿਹੜੇ ਨਗਦ ਵਾਲੇ ਟਿਕਟਾਂ ਲੈ ਲਓ। ਅਤੇ ਕੁੜੀ ਨੇ ਇਹਨੇ ਪਹਿਲਾਂ ਹੀ ਟਿਕਟ ਲੈ ਲਈ ਜਦੋਂ ਦੁੱਖਨਿਵਾਰਨ ਕੋਲ ਆਏ ਆ। ਉਹ ਤੋਂ ਬਾਅਦ ਮੈਂ ਕਿਹਾ ਗੁੱਡੀ ਤੇਰੇ ਕੋਲ ਆਧਾਰ ਕਾਰਡ ਨਹੀਂ ਦਿਮਾਗ 'ਚ ਰਿਹਾ ਮੇਰੇ ਵੀ, ਇਹਨਾਂ ਟਿਕਟ ਲਈ ਆ, ਨਹੀਂ ਯਾਦ ਰਹਿੰਦਾ ਪਟਿਆਲਿਓਂ ਚੱਲੇ ਆ। ਆਹ ਦੇਖ ਲਓ ਕਿੰਨਾ ਬਲੰਦਾ ਜਿਹੜਾ ਭਰਨ ਵਾਲਾ, ਉਹ ਵੀ ਇਹਨਾਂ ਨੇ ਗੁੰਮ ਕਰਤਾ। ਅਤੇ ਕਹਿੰਦੀ ਮੇਰੀ ਟਿਕਟ ਕੱਟਤੀ। ਮੈਂ ਕਿਹਾ ਪੁੱਤ ਤੂੰ ਪਹਿਲਾਂ ਦੱਸਣਾ ਵਾ ਵੀ ਮੇਰੇ ਕੋਲ ਆਧਾਰ ਕਾਰਡ ਹੈ, ਆਹ ਸਵਾਰੀਆਂ ਦੇ ਨੰਬਰ ਆ ਮੇਰੇ ਕੋਲ, ਸਵਾਰੀਆਂ ਵਿੱਚ ਬੈਠੀਆਂ, ਫਾਲਤੂ ਕੋਈ ਗੱਲ ਨਹੀਂ ਕਰੀ, ਪੈਸੇ ਹੀ ਵਾਪਸ ਕਰਤੇ। ਇਹਨਾਂ ਨੇ ਬੰਦੇ ਬੁਲਾ ਕੇ ਸਾਡੀ ਬੇਇੱਜ਼ਤੀ ਕਰੀ ਹੈ ਉਰੇ। ਮਾਰ-ਮਰਾਈ ਵੀ ਕਰੀ, ਬਾਕੀ ਕੈਸ ਦਾ ਬਾਅਦ 'ਚ ਪਤਾ ਲੱਗਣਾ ਵੀ ਸਾਡਾ ਕਿੰਨਾ ਨਿਕਲਿਆ, ਕਿਆ ਹੋਇਆ। ਅਜੇ ਕਹਿੰਦੇ ਹੋਰ ਵੱਜਣੇ। ਕਹਿੰਦੇ ਕਿਆ ਨਾਮ ਆ ਜੀ ਆਪਣਾ? ਅਜੇ ਵੀ ਕਹਿੰਦੇ ਆ ਉਹ ਬੰਦਾ ਵੀ ਖੜਾ ਜੀ, ਨਾਮ ਦੱਸ ਦਿਓ। ਇੱਕ ਉਹ ਆਪਣੇ ਉਹਨੂੰ ਸਰਪੰਚ ਕਹਿੰਦੇ ਆ ਖੁਆਸ ਭਰੇ ਦਾ, ਬਾਕੀ ਮੈਂ ਨੂਰਪੁਰ ਬੇਦੀ ਸ਼ਹੀਦਾਂ ਦੇ ਲਿਜਾਊਂਗਾ ਕੁੜੀ ਨੂੰ ਵੀ ਜੇ ਮੈਂ ਇੱਕ ਸ਼ਬਦ ਵੀ ਗਲਤ ਬੋਲਿਆ। ਇਹਦੇ ਬਾਰੇ ਕੀ ਕਹਿਣਾ? ਸਿਸਟਮ ਨੂੰ ਥੋੜ੍ਹਾ ਜਿਹਾ ਮਤਲਬ ਕਿ ਸੌਖਾ ਕਰਕੇ ਦੱਸੋ, ਆਮ ਪਬਲਿਕ ਨੂੰ ਪਤਾ ਲੱਗੇ ਵੀ ਸਿਸਟਮ 'ਚ ਕਿੱਥੇ ਦਿੱਕਤ ਆ ਰਹੀ ਹੈ। ਸਿਸਟਮ ਦੇ ਵਿੱਚ ਜੋ ਆਧਾਰ ਕਾਰਡ ਦੇ ਨੰਬਰ ਹੈ ਨਾ ਜੀ, ਉਹ 12 ਨੰਬਰ ਹੈ ਜੀ। ਜੋ ਮਸ਼ੀਨ 12 ਨੰਬਰ ਨਹੀਂ ਚੱਕ ਰਹੀ, ਉਹ ਸਿਰਫ 10 ਨੰਬਰ ਚੱਕ ਰਹੀ ਹੈ ਜੀ। 10 ਨੰਬਰਾਂ 2 ਨੰਬਰਾਂ ਦਾ ਫਰਕ ਪੈ ਰਿਹਾ ਜੀ, ਉਹਨਾਂ ਕਰਕੇ ਸਿਸਟਮ ਦੇ ਵਿੱਚ ਜੋ ਅਪਲੋਡ ਨਹੀਂ ਹੋ ਰਿਹਾ ਜੀ ਇਹ, ਔਰ ਸਾਨੂੰ ਪਰਫੋਰਮੇ ਭਰਨੇ ਪੈ ਰਹੇ ਜੀ। ਕਨੈਕਟਰ ਪਰਫੋਰਮਾ ਵੀ ਭਰ ਰਿਹਾ ਜੀ, ਔਰ ਟਿਕਟ ਵੀ ਕੱਟ ਰਿਹਾ, ਔਰ ਪਰਫੋਰਮੇ ਪਰ ਸਾਰਾ ਬਾਇਓਡਾਟਾ ਵੀ ਲਿਖਣਾ ਜੀ, ਜਾਨੂੰ ਕੋਈ ਨਾ ਕੋਈ ਅੱਡਾ ਅੱਗੇ ਟੱਪ ਜਾਂਦਾ ਜੀ। ਅਗਰ ਅੱਡਾ ਗਾਂਹ ਟੱਪਦਾ ਜੀ, ਕੋਈ ਕਨੈਕਟਰ ਗਾਂਹ ਇੰਸਪੈਕਟਰ ਖੜਾ ਹੁੰਦਾ ਜੀ, ਉਹ ਕਨੈਕਟਰ ਦੀ ਰਿਪੋਰਟ ਵੀ ਕਰ ਸਕਦਾ ਜੀ। ਇਹ ਕਰਕੇ ਸਾਨੂੰ ਥੋੜ੍ਹੀ ਜਿਹੀ ਦਿੱਕਤ ਆ ਰਹੀ ਹੈ, 5-4 ਦਿਨ ਦੀ ਗੱਲ ਹੈ ਜੀ, ਇਹ ਦਿੱਕਤ ਦਾ ਸਾਹਮਣਾ ਦੂਰ ਹੋ ਜੂਗਾ ਜੀ। ਕਿਸੇ ਸਵਾਰੀ ਨੂੰ ਕਿਸ ਤਰ੍ਹਾਂ ਦੂਰ ਹੋਊਗਾ ਸਿਸਟਮ? ਸਿਸਟਮ ਸ਼ਾਇਦ ਸੋਮਵਾਰੀ ਜਾਂ ਮੰਗਲਵਾਰੀ ਇਹ ਅਪਲੋਡ ਹੋ ਜੂਗਾ ਜੀ, ਉਹ ਤੋਂ ਬਾਅਦ ਸਿਸਟਮ ਸਹੀ ਹੋ ਜੂਗਾ। ਨਹੀਂ ਤੁਸੀਂ ਸਰਕਾਰ ਨੂੰ ਕਿਆ ਕਹਿਣਾ ਚਾਹੁੰਦੇ ਹੋ ਵੀ ਜਦ ਅਨਾਊਂਸਮੈਂਟ ਕੀਤੀ ਦੀ ਤਿਆਰੀ ਪਹਿਲਾਂ ਹੋਣੀ ਚਾਹੀਦੀ ਹੈ? ਇਹ ਪਹਿਲਾਂ ਹੋਣੀ ਚਾਹੀਦੀ ਸੀ। ਕੀ ਲੱਗਦਾ ਇਹ ਜਿਹੜੀ ਤਿਆਰੀ ਬਾਅਦ 'ਚੋਂ ਹੋ ਰਹੀ ਨਾ ਜੀ, ਲੜਾਈ ਝਗੜੇ ਹੋ ਰਹੇ, ਇਹ ਅਪਲੋਡ ਪਹਿਲਾਂ ਹੋਣਾ ਚਾਹੀਦਾ ਸੀਗਾ ਜੀ, ਜੋ ਇਸ ਆਪਸ 'ਚ ਕਿਸੇ ਨਾਲ ਲੜਾਈ ਨਾ।